ਅਸੀਂ ਕੱਲ ਦੋਸਤੋ ਮੈਂ ਧਰਮਾ ਹਰਿਓ ਰੰਗ ਪੰਜਾਬ ਦੇ ਯੂਟਿਊਬ ਚੈਨਲ ਤੋਂ ਜਿਸ ਤਰ੍ਹਾਂ ਇਸ ਦੁਨੀਆਂ ਦੇ ਉੱਤੇ ਇਸ ਸੰਸਾਰ ਦੇ ਉੱਤੇ ਹਾਲਾਤ ਨੇ ਜਿਹੜੇ ਵਕਤ ਹੈ ਜਿਹੜਾ ਬੰਦੇ ਨੂੰ ਮਾੜਾ ਵਕਤ ਹੈ ਪਤਾ ਨਹੀਂ ਕਿੱਥੇ ਲਿਆ ਕੇ ਖੜਾ ਕਰਦੀ ਹੈ ਕਿਉਂਕਿ ਕਾਫੀ ਹੱਦ ਤੱਕ ਖੁਦਕੁਸ਼ੀਆਂ ਨੇ ਜਿਹੜੇ ਬੜੇ ਲੋਕ ਨੇ ਜਿਹੜੇ ਇਸ ਦੁਨੀਆਂ ਤੋਂ ਚਲੇ ਗਏ ਨੇ ਖੁਦਕੁਸ਼ੀ ਕਰਕੇ ਕੋਈ ਕਿਸ ਤਰੀਕੇ ਨਾਲ ਸਭ ਤੋਂ ਵੱਡਾ ਕਾਰਨ ਕੀ ਘਰ ਦੀ ਗਰੀਬੀ ਆਰਥਿਕ ਮੰਦਹਾਲੀ ਅਤੇ ਚੱਲਦਿਆਂ ਹੋਏ ਕਈ ਬੰਦੇ ਨਹੀਂ ਸਹਿਣ ਸਕਦੇ ਉਹਨਾਂ ਚੀਜ਼ਾਂ ਨੂੰ ਕਿ ਇਸ ਦੁਨੀਆਂ ਦੇ ਵਿੱਚੋਂ ਉਹ ਸਮਝਦੇ ਨੇ ਕਿ ਅਸੀਂ ਮਰੇ ਵੀ ਚੰਗੇ ਪਰ ਇਸ ਸਮਾਜ ਦੇ ਵਿੱਚ ਕੁਛ ਲੋਕ ਉਹ ਵੀ ਹੁੰਦੇ ਨੇ ਜਿਹੜੇ ਪੱਥਰਾਂ ਨੂੰ ਪਾੜਨ ਦਾ ਦਮ ਰੱਖਦੇ ਨੇ ਪੱਥਰਾਂ ਨੂੰ ਭੰਨਣ ਦਾ ਦਮ ਰੱਖਦੇ ਨੇ ਆਪਣੀ ਮਿਹਨਤ ਦੇ ਸਕਦੇ ਸੋ ਅੱਜ ਆਪਾਂ ਨੇ ਜੋ ਗੱਲ ਕਰਨੀ ਹੈ ਉਹ ਇੱਕ ਲੜਕੀ ਇੱਕ ਪੰਜਾਬ ਦੀ ਸਾਡੇ ਸਮਾਜ ਦੀ ਉਹ ਮੁਟਿਆਰ ਹੈ ਜਿਹਦੇ ਸਮੇਂ ਸਮੇਂ 'ਤੇ ਪੜ੍ਹਾਈ ਦੌਰਾਨ ਅੱਜ ਵੀ ਉਹ ਪੜ੍ਹਾਈ ਕਰ ਰਹੀ ਹੈ ਪਰ ਸਮੇਂ ਸਮੇਂ 'ਤੇ ਘਰ ਦੇ ਹਾਲਾਤਾਂ ਨੇ ਕਦੇ ਭਰਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਪਿਤਾ ਜੀ ਦੀ ਡੈਥ ਹੋ ਗਈ ਪਰ ਉਹਨਾਂ ਸਾਰਿਆਂ ਹੀ ਦੁੱਖਾਂ ਨੂੰ ਚੀੜਦੀ ਹੋਈ ਆਪਣੀ ਮਿਹਨਤ ਦੇ ਨਾਲ ਇੱਕ ਗੰਨੇ ਦੇ ਰਸ ਦੀ ਰੇਹੜੀ ਲਾ ਕੇ ਆਪਣੇ ਜਿੱਥੇ ਪਰਿਵਾਰ ਦਾ ਘਰ ਦਾ ਆਪਣੀ ਮਾਤਾ ਪਿਤਾ ਦੀ ਸੇਵਾ ਮੁੰਡਿਆਂ ਵਾਂਗੂ ਕਰ ਰਹੀ ਹੈ ਸੋ ਉੱਥੇ ਸਾਡੇ ਸਮਾਜ ਦੇ ਲੋਕਾਂ ਦੇ ਲਈ ਵੀ ਬਹੁਤ ਵੱਡੀ ਪ੍ਰੇਰਨਾ ਸਰੋਤ ਹੈ ਉਹ ਕੌਣ ਹੈ ਉਹ ਹੈ ਸਾਡੇ ਪੰਜਾਬ ਦੀ ਉਹ ਮੁਟਿਆਰ ਹੁਸਨ ਕੌਰ ਜੋ ਕਿ ਜ਼ਿਲ੍ਹਾ ਸੰਗਰੂਰ ਦਾ ਪਿੰਡ ਬੀਰ ਕਲਾਂ ਦੇ ਵਿੱਚੋਂ ਰਹਿੰਦੀ ਹੈ ਅਤੇ ਢੈਪੀ ਦੇ ਅੱਡੇ 'ਤੇ ਜੋ ਆਪਣਾ ਰੇਹੜੀ ਚਲਾਉਂਦੀ ਹੈ ਗੰਨੇ ਦੇ ਰਸ ਦੀ ਸੋ ਆਓ ਅੱਜ ਆਪਾਂ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਹਾਂ ਰੰਗ ਪੰਜਾਬ ਦੇ ਯੂਟਿਊਬ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸੋ ਤੁਸੀਂ ਇੱਕ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਵੇਖੀਏ ਬਹੁਤ ਵੱਡਾ ਸੰਘਰਸ਼ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਛੇਤੀ ਜੇ ਇੱਕ ਤਾਂ ਮਸ਼ੀਨੀ ਯੁੱਗ ਆ ਗਿਆ ਅਤੇ ਦੂਸਰਾ ਕੋਈ ਵੀ ਐਸ਼ ਪ੍ਰਸਤੀ ਚਾਹੁੰਦਾ ਅਤੇ ਕੰਮ ਕਰਨਾ ਕੋਈ ਨਹੀਂ ਚਾਹੁੰਦਾ ਪਰ ਤੁਸੀਂ ਇੱਕ ਲੜਕੀ ਹੁੰਦੇ ਹੋਏ ਵੀ ਗੰਨੇ ਦੇ ਰਸ ਦੀ ਰੇਹੜੀ ਲਾ ਕੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਚਲਾ ਰਹੇ ਹੋ ਤੋ ਤੁਸੀਂ ਕਿੰਨੇ ਟਾਈਮ ਤੋਂ ਇਹ ਗੰਨੇ ਦੇ ਰਸ ਦੀ ਜਿਹੜੀ ਰੇਹੜੀ ਲਾਈ ਹੋਈ ਹੈ ਮੈਨੂੰ ਜੀ 4 ਸਾਲ ਹੋ ਗਏ ਰੇਹੜੀ ਲਾਉਂਦੀ ਨੂੰ ਜੀ ਗੰਨੇ ਦੀ ਮੇਰੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ ਜੀ ਮੈਂ ਖੁਦ ਆਪ ਵੀ ਬਿਮਾਰ ਰਹਿੰਦੀ ਸੀ ਮੇਰੀ ਮੰਮੀ ਤਾਂ ਹੋਣੀ ਹੋਣੇ ਸੀ ਕਿਉਂਕਿ ਗਾਡਰ ਵਰਗਾ ਪੁੱਤ ਵੱਗ ਗਿਆ ਨਾ ਘਰੋਂ ਫਿਰ ਬਹੁਤ ਜ਼ਿਆਦਾ ਘਰ ਦੇ ਹਾਲਾਤ ਮਾੜੇ ਹੋ ਗਏ ਤੇ ਡੈਡੀ ਸੀ ਵੀਰੇ ਭਰਾ ਦੀ ਡੈਥ ਹੋਈ ਹਾਂ ਇਹ ਕਦੋਂ ਜੀ ਉਹਨਾਂ ਦੀ ਵੀਰੇ 2010 ਦੇ ਵਿੱਚ ਹੋਈ ਸੀ ਮੈਂ 8ਵੀਂ ਕਲਾਸ 'ਚ ਸੀ ਤੇ ਮੇਰੇ ਵੀ ਦਿਮਾਗੀ ਥੋੜੀ ਟੈਨਸ਼ਨ ਹੋ ਗਈ ਸੀ ਵੀਰੇ ਕਿਤੇ ਕਿਤੇ ਮੇਰੇ ਹੁਣ ਵੀ ਹੋ ਜਾਂਦੀ ਹੈਗੀ ਬਿਲਕੁਲ ਵੀਰੇ ਯਾਦ ਤਾਂ ਵੀ ਯਾਦ ਆ ਜਾਂਦੀ ਵੀਰੇ ਕੋਈ ਵੀ ਤਿਉਹਾਰ ਆਵੇ ਨਾ ਕਦੇ ਵੀ ਮਨ ਦੇ ਵਿੱਚ ਨਹੀਂ ਜਾਂਦੇ ਜੋ ਪੀੜਾਂ ਨੇ ਜਿਹੜੇ ਉਹ ਦਰਦ ਨੇ ਹਾਂ ਕੋਈ ਤਿਉਹਾਰ ਆ ਜਾਵੇ ਵੀਰੇ ਮੇਰੇ ਬਹੁਤ ਸੈਲੇ ਬਾਦੇ ਅੰਦਰ ਵੀ ਜੇ ਹੋਵੇ ਆਪ ਬਰੋਬਰ ਹੋਵੇ ਮੈਨੂੰ ਕੀ ਲੋੜ ਰੇਹੜੀ ਲਾਉਣ ਦੀ ਤੇ 4 ਸਾਲ ਹੋ ਗਏ ਵੀਰੇ ਮੈਨੂੰ ਰੇਹੜੀ ਲਾਉਂਦੀ ਨੂੰ 100% ਚੋਂ ਅੱਜ ਮੈਂ 60% ਆਪਦੇ ਘਰੇ ਠੀਕ ਹਾਂ ਘਰੇ ਠੀਕ ਵਧੀਆ ਠੀਕ ਹੋ ਗਏ ਵੀਰੇ 10-9 ਦੀ ਕਮਾਈ ਕਰਕੇ ਉਹ ਵੀ ਠੀਕ ਹੋ ਗਏ ਵਧੀਆ 40% ਰਹਿ ਗਏ ਵੀਰੇ 40% ਵੀ ਹੁਣ ਮੰਮੀ ਨਾਲ ਵਾਅਦਾ ਹੋਇਆ ਵੀ ਜਿੰਨਾ ਚਿਕਰ ਨਹੀਂ ਮਿਲਦੀ ਉਹਨਾਂ ਚਿਕਰ ਮਿਹਨਤ ਪੂਰੀ ਕਰੂੰ ਤੇਰੇ ਲਈ ਮਾਂ ਮੈਨੂੰ ਅੱਗ ਤੇ ਤੁਰਨਾ ਪੈ ਜੇ ਕੰਡਿਆਂ ਤੁਰਨਾ ਪੈ ਜੇ ਪਰ ਤੇਰੇ ਲਈ ਮਾਂ ਮੈਂ ਜ਼ਰੂਰ ਕੁਛ ਨਾ ਕੁਛ ਕਰਕੇ ਦਿਖਾਊ ਪਿੰਡ ਲਈ ਬੇਸ਼ੱਕ ਤੁਹਾਡਾ ਪੁੱਤ ਨਹੀਂ ਰਿਹਾ ਪਰ ਮੈਂ ਤੁਹਾਨੂੰ ਪੁੱਤ ਬਣ ਕੇ ਹਾਂ ਉਹ ਸਾਰਾ ਕੁਛ ਕਰਕੇ ਵਿਖਾਊ ਗੁਰਵਿੰਦਰ ਚਹਿਲ ਨੇ ਵੀਰੇ ਮੇਰੀ ਨਿਊਜ਼ ਛਾਪੀ ਸੀ ਜਦੋਂ ਸਭ ਤੋਂ ਪਹਿਲਾਂ ਉਹਨਾਂ ਨੇ ਹੈਡਲਾਈਨ ਲਿਖੀ ਸੀ ਪੁੱਤ ਬਣ ਕੇ ਇੱਕ ਘਰ ਕਮਾਉ ਤੇਰੇ ਚਤਨਾ ਡਲਾਈ ਲਾਈ ਇਹਨਾਂ ਦੀ ਸੰਤਰਾਮ ਉਦਾਸੀ ਜੀ ਉਹਨਾਂ ਦੀਆਂ ਲਿਖੀ ਹੋਈਆਂ ਲੈਣਾ ਹਾਂ ਵੀਰੇ ਹਾਂ ਕਿਉਂਕਿ ਉਹ ਵੀ ਇੱਕ ਉਹ ਕਵੀ ਹੋਏ ਨੇ ਜਿਨ੍ਹਾਂ ਨੇ ਹਮੇਸ਼ਾ ਗਰੀਬਾਂ ਦੇ ਬਾਰੇ ਇੱਕ ਸੰਘਰਸ਼ਕੀਲ ਗੱਲਾਂ ਲਿਖੀਆਂ ਨੇ ਹਾਂ ਵੀਰੇ ਹਾਂ ਤੁਹਾਡੀ ਸਟੱਡੀ
ਸਟੱਡੀ ਵੀਰੇ ਮੇਰੀ ਪਲੱਸ ਟੂ ਕਲਾਸ ਮੈਂ ਜਦੋਂ ਮੇਰੇ ਭਰਾ ਦੀ ਡੈਥ ਹੋਈ ਆ ਉਦੋਂ ਮੈਂ ਅੱਠਵੀਂ ਕਲਾਸ ਦੀ ਜੀ, ਜਦੋਂ ਮੇਰੇ ਡੈਡੀ ਡੈਥ ਹੋਈ ਆ ਉਦੋਂ ਮੈਂ ਪਲੱਸ ਟੂ ਕਲਾਸ ਕਰ ਰਹੀ ਸੀ ਜੀ। ਮੇਰੀ ਪੇਪਰਾਂ ਦੀ ਤਿਆਰੀ ਚੱਲ ਰਹੀ ਸੀ, ਕੁਛ ਕੁ ਹਫ਼ਤੇ ਕੀ ਰਹਿ ਗਿਆ ਸੀ ਮੇਰੇ ਪੇਪਰਾਂ ਦਾ ਜੀ। ਜਦੋਂ ਵੀਰੇ ਮੈਂ ਪੇਪਰ ਦੇਣੇ ਸੀ ਜੀ, ਅਚਾਨਕ ਹੀ ਵੀਰੇ ਸਾਹ ਉੱਠ ਖੜਿਆ ਅਤੇ ਉਹਨਾਂ ਦੀ ਡੈਥ ਹੋ ਗਈ। ਘਰ ਦੇ ਹਾਲਾਤ ਫਿਰ ਦਿਨੋ ਦਿਨ ਕਮਜ਼ੋਰ ਹੋ ਗਏ ਵੀਰੇ। ਉਦੋਂ ਮੇਰੀ ਪਲੱਸ ਟੂ ਇੱਕ ਸਾਲ ਮੇਰਾ ਜਮਾਂ ਐਂਡ ਆ ਕੇ ਬਰਬਾਦ ਹੋ ਗਿਆ। ਦੂਜੀ ਸਾਲ ਮੈਂ ਪਲੱਸ ਟੂ ਦੇ ਵਿੱਚ ਨੰਬਰ ਦੇਤਾ ਵੀਰੇ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਮੇਰੀ ਕਿਰਪਾ ਕਰਤੀ, ਮੈਂ ਅੰਮ੍ਰਿਤਸਰ ਖਾਸੇ ਮੈਂ ਟਰਾਇਲ ਕੱਢਿਆ ਵੀ ਐਸ ਐਫ ਦਾ ਜੀ। ਉੱਥੇ ਵੀ ਵੀਰੇ ਮੇਰਾ ਨੰਬਰ ਲੱਗ ਗਿਆ, ਪਹਿਲੀ ਪੁਜੀਸ਼ਨ ਆਈ ਸੀ ਮੇਰੀ ਆਰਮੀ ਇਹਦੇ ਵਿੱਚ ਟਰਾਇਲ ਦੇ ਵਿੱਚ ਜੀ। ਉਦੋਂ ਬਾਅਦ ਵੀਰੇ ਜਦੋਂ ਮੇਰਾ ਮੈਨੂੰ ਕਿਸੇ ਨੇ ਵੀ ਮਤਲਬ ਮੇਰੀ ਵੀਡੀਓ ਦੇਖੀ ਸੀ, ਉਹਨਾਂ ਨੇ ਮੇਰੀ ਨਿਊਜ਼ ਪੜ੍ਹੀ ਸੀ, ਯੂਕੇ ਸ਼ਰਮਾ ਮੈਡਮ ਆ ਆਪਣੇ ਝੁੰਝੁਣੂ ਸਿੱਕੇ ਕੋਲ, ਉਹਨਾਂ ਨੇ ਵੀਰੇ ਮੈਨੂੰ ਉੱਥੇ ਬੁਲਾ ਲਿਆ ਅਤੇ ਮੇਰਾ 45,000 ਰੁਪਏ ਖਰਚ ਹੋ ਗਿਆ ਸੀ। ਉਹ ਵੀ ਵੀਰੇ ਮੈਂ ਵਿਆਜੂ ਚੱਕ ਕੇ, ਮੇਰੀ ਮਾਂ ਕਹਿੰਦੀ ਵੀ ਤੈਨੂੰ ਕੁਛ ਬਣਾਉਣ ਵਾਸਤੇ, ਮੈਂ ਬੱਠਲ ਵੀ 4 ਕਰਾਂ ਦਾ ਹੋਰ ਡਿੱਗ ਸਕਦੇ ਹਾਂ, ਗੋਹਾ ਡਿੱਗ ਸਕਦੇ ਹਾਂ, ਪਰ ਮੈਂ ਤੈਨੂੰ ਮਸੂਰ ਬਣਾਉਣਾ। ਅਤੇ ਉੱਥੇ ਵੀ ਮੇਰੇ ਮੇਰੀ ਮਿਹਨਤ ਪੱਲੇ ਨਹੀਂ ਪਈ, ਉਹ ਵੀ ਉਦੋਂ ਮੇਰਾ ਸਾਲ ਬਰਬਾਦ ਹੋ ਗਿਆ। ਜਦੋਂ ਵੀਰੇ ਮੈਂ ਹੁਣ ਪਲੱਸ ਟੂ ਕਰੀ, ਮੇਰੀ ਅਚਾਨਕ ਹੀ ਮੇਰੀ ਮੰਮੀ ਨੂੰ ਵੀਰੇ, ਜਦੋਂ ਮੇਰੀ ਤਿਆਰੀ ਚੱਲ ਰਹੀ ਸੀ, ਲੋਹੜੀ ਵੇਲੇ ਵੀਰੇ ਮੇਰੀ ਮੰਮੀ ਨੂੰ ਦਰੰਗ ਦੀ ਸ਼ਿਕਾਇਤ ਹੋ ਗਈ। ਮੈਂ ਵਿਆਜੂ ਵੀਰੇ ਫੜੇ ਪੈਸੇ ਥੋੜ੍ਹੇ ਜਿਹੇ, ਮੈਂ ਗੱਡੀ ਕਰਵਾਈ ਅਤੇ ਮੈਂ ਸੰਨੀ ਲੈ ਗਈ ਵੀਰੇ ਭਦੌੜ ਕੋਲ ਆਪਣੇ ਸੰਨਾ, ਉੱਥੇ ਮੰਮੀ ਦੇ ਟੀਕੇ ਟੂਕੇ ਲਵਾਏ ਵੀਰੇ। ਹੁਣ ਆਪਾਂ ਵੀਰੇ ਮੰਨਦੇ ਵੀ 100% ਚੋਂ ਮੰਮੀ 50% ਠੀਕ ਨੇ, ਠੀਕ ਨੇ ਵੀ ਵੀਰੇ, ਮੈਂ ਰੱਬ ਅੱਗੇ ਹੀ ਦੁਆ ਕਰਦੀ ਹਾਂ ਵੀ ਮੇਰੀ ਮੰਮੀ ਠੀਕ ਹੋ ਜਾਏ, ਠੀਕ ਹੋ ਜਾਏ। ਠੀਕ ਹੈ ਵੀਰੇ, ਮੈਂ ਆਪਦਾ ਕੰਮ ਕਾਰ ਕਰਦੀ ਹਾਂ, ਮੈਨੂੰ ਵੀ ਇੱਕ ਡਿਮਾਂਡ ਹੁੰਦੀ ਹੈ ਵੀ ਮੇਰੀ ਮੰਮੀ ਮੇਰੇ ਲਈ ਇੱਕ ਦਰਵਾਜ਼ਾ ਖੋਲ੍ਹ ਕੇ ਰੱਖੂ, ਗੇਟ ਖੋਲ੍ਹ ਕੇ ਰੱਖੂ, ਹੈ ਨਾ, ਰੋਟੀ ਟੁੱਕ ਬਣਾਊਗੀ, ਮੈਂ ਖਾਊਂ, ਚਲੋ ਥੱਕੀ ਹੁੰਦੀ ਹਾਂ ਵੀਰੇ ਸਾਰਾ ਦਿਨ, ਮੈਂ ਸਵੇਰ ਦੀ ਜਾਂਦੀ ਹਾਂ 8 ਵਜੇ ਦੀ ਜਾਂਦੀ ਹਾਂ ਵੀਰੇ, ਮੈਂ ਸਵੇਰੇ 7 ਵਜੇ ਆਥਣੇ ਸ਼ਾਮੀ 7 ਵਜੇ ਆਉਂਦੀ ਹਾਂ ਘਰੇ। 7 ਵਜੇ ਤੇ ਪਿਤਾ ਜੀ ਦੀ ਡੈਥ ਦਾ ਕੀ ਕਾਰਨ ਸੀ? ਉਹਨਾਂ ਨੂੰ ਵੀਰੇ ਸਾਹ ਦੀ ਪ੍ਰੋਬਲਮ ਸੀ ਮੇਰੀ ਡੈਡੀ ਨੂੰ ਜੀ। ਹਾਂ ਵੀਰੇ, ਤੇ ਫਿਰ ਸਾਡੇ ਪਰਿਵਾਰ ਦੇ ਵਿੱਚ ਵੀਰੇ ਅਸੀਂ ਤਿੰਨ ਮੇਰੀਆਂ ਭੈਣਾਂ, ਅਸੀਂ ਤਿੰਨ ਭੈਣਾਂ ਵੀਰੇ, 2 ਮੇਰੀਆਂ ਭੈਣਾਂ ਵਿਆਹੀਆਂ ਹੋਈਆਂ ਸਾਦੀ ਸੁਦਾ ਨੇ, ਇੱਕ ਮੇਰਾ ਭਰਾ ਸੀ ਵੀਰੇ, ਉਹਨਾਂ ਦੀ ਵੀ ਡੈਥ ਹੋ ਗਈ ਸੀ, ਅਤੇ ਮੇਰਾ ਡੈਡੀ ਵੀ, ਅਸੀਂ ਘਰੇ ਟੋਟਲੀ ਮੇਰੀ ਮੰਮੀ ਅਤੇ ਮੈਂ ਹਾਂ, ਦੋਨੇ ਵੀਰੇ। ਆਪਦੇ ਗੁਜ਼ਾਰੇ ਵਾਸਤੇ ਤੁਸੀਂ ਨੇ ਇਹ ਕੰਮ? ਮੈਂ ਆਪਦੇ ਗੁਜ਼ਾਰੇ ਵਾਸਤੇ ਵੀਰੇ ਕਿਸੇ ਕਣੀ ਮੈਂ ਝਾਕਣ ਦੀ ਹਿੰਮਤ ਨਹੀਂ ਕਰੀ ਵੀ ਮੈਂ ਕਿਸੇ ਦੇ ਹੱਥਾਂ ਕਣੀ ਝਾਕੂ। ਠੀਕ ਆ, ਮੰਮੀ ਕਹਿੰਦੀ ਵੀ ਮੈਂ ਗੋਆ ਵੀ ਇਸਨੂੰ ਡੇਗਾ 4-4 ਘਰਾਂ ਦਾ, ਮੈਂ ਕਿਹਾ ਮੰਮੀ ਵੀ 4-4 ਘਰਾਂ ਦਾ ਗੋਆ ਡੇਗਾ 250-250 ਰੁਪਏ ਨਾਲ ਕੁਛ ਨਹੀਂ ਬਣਦਾ, ਕੁਛ ਨਹੀਂ ਬਣਦਾ, ਮੈਂ ਆਪਦੀ ਮਿਹਨਤ ਕੁਛ ਕਰਕੇ ਦਿਖਾਊਂ। ਅੱਜ ਵੀਰੇ ਆਪਾਂ, ਮੈਂ ਸਟਾਰ ਹਾਂ ਵਿਹੜੇ ਦੇ ਵਿੱਚ, ਬਹੁਤ ਵਧੀਆ, ਮੇਰੇ ਤੇ ਜਲਨ ਵੀ ਬਹੁਤ ਕਰਦੇ ਆ ਵੀ ਕੁੜੀ ਨੇ ਉਹਦਾ ਪੱਖ ਵੀਰੇ, ਪਤਾ ਕੀ ਆ ਤੁਹਾਡੀ ਗੱਲ ਵਿਚਾਲੇ ਆ, ਇਹ ਹਮੇਸ਼ਾ ਹੁੰਦਾ ਹੈ, ਹੁੰਦਾ ਰਿਹਾ, ਹੁੰਦਾ ਹੈ, ਹੁੰਦਾ ਹੀ ਰਹੂਗਾ। ਮੈਨੂੰ ਵੀਰੇ ਖੁਦ ਕੁਛ ਦੇਖੋ, ਤੁਹਾਡੇ ਵਿੱਚ ਇੱਕ ਇੰਨੀ ਐਨਰਜੀ ਹੈ, ਤੁਸੀਂ ਇੰਨੇ ਦੁੱਖ ਦੇਖਦੇ ਹੋਏ ਵੀ, ਇੰਨੇ ਮਾੜੇ ਹਾਲਾਤ ਵੇਖਦੇ ਹੋਏ ਵੀ, ਆਪਣੀ ਕਿਰਤ ਨੂੰ ਜੋ ਤੁਹਾਨੂੰ ਚੰਗੀ ਲੱਗੀ ਉਹਨੂੰ ਤਰਜੀਹ ਦਿੱਤੀ ਹੈ, ਬਸ਼ਰਤੇ ਕਿਸੇ ਅੱਗੇ ਹੱਥ ਫੈਲਾਉਣ ਦੀ ਜਗ੍ਹਾ। ਨਹੀਂ ਤਾਂ ਅੱਜ ਕੱਲ੍ਹ ਕਾਫੀ ਹੱਦ ਤੱਕ ਲੋਕ ਇੱਥੋਂ ਤੱਕ ਫੇਲ ਨੇ, ਕਿਸੇ ਨੇ ਲਿਖੀਆਂ ਸੀ ਲੈਣਾ ਕਿ ਇਸੇ ਕਰਕੇ ਉਹ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਦੇ ਕਿ ਲੋਕ ਸਾਨੂੰ ਕੀ ਕਹਿਣਗੇ। ਤੁਸੀਂ ਲੋਕਾਂ ਦੀਆਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖਿਆ, ਉਹ ਤਾਂ ਚੱਲਦਾ ਆ ਕਿ ਵਿਰੋਧਤਾ ਵੀ ਹੁੰਦੀ ਹੈ ਵਿੱਚੋਂ, ਲੋਕ ਗੱਲਾਂ ਕਰਨ ਵਾਲੇ ਵੀ ਬੜੇ ਹੁੰਦੇ ਨੇ, ਪਰ ਤੁਸੀਂ ਫਿਰ ਵੀ ਮਤਲਬ ਸਾਰਿਆਂ ਨੂੰ ਇੱਕ ਪਾਸੇ ਸਿੱਟਿਆ, ਆਪਣੀ ਜਿਹੜੀ ਤੁਹਾਡੇ ਉੱਤੇ ਆਰਥਿਕ ਦਾ ਮੰਦਹਾਲੀ ਦਾ ਸਾਇਆ ਜਿਹੜਾ ਤੁਹਾਡੇ ਸਿਰ 'ਤੇ ਆਇਆ, ਤੁਹਾਨੂੰ ਦੁੱਖ ਝੱਲਣੇ ਪਏ, ਤੁਸੀਂ ਉਹਨਾਂ ਨੂੰ ਇੱਕ ਪਾਸੇ ਕਰਕੇ ਜਿਹੜੀ ਦ੍ਰਿੜ ਇਰਾਦਾ, ਜਿਹੜੀ ਹਿੰਮਤ ਹੈ ਉਹਨੂੰ ਬਰਕਰਾਰ ਰੱਖਿਆ। ਅਤੇ ਹੁਣ ਜਦੋਂ ਤੁਹਾਡੀ ਸਟੱਡੀ ਚੱਲਦੀ, ਉਹਦੇ ਨਾਲ ਨਾਲ ਤੁਸੀਂ ਗੇਮ ਵੀ ਕਰਦੇ ਸੀ? ਨਾਲ ਨਾਲ ਗੇਮ ਵੀ ਮੇਰੇ ਚੱਲ ਰਹੀ ਸੀ, ਮੈਂ 1-4 ਸਾਲ ਮੈਂ ਰਾਜ ਵੀ ਕਰਿਆ, ਹੈਂਡਬਾਲ ਸੀ। ਹਾਂਜੀ, ਤੇ ਮੈਡਲ ਤੁਸੀਂ ਕਿੱਥੋਂ ਕਿੱਥੋਂ? ਪਹਿਲਾਂ ਹੀ ਮੈਂ ਜੋਨ ਖੇਡੀ ਸੀ ਆਪਣੇ ਚਖੇਪਲ, ਫਿਰ ਉਦੋਂ ਬਾਅਦ ਜੀ ਮੈਂ ਸੰਗਰੂਰ, ਸੰਗਰੂਰ ਤੋਂ ਬਾਅਦ ਫਿਰ ਬਠਿੰਡੇ ਗਿਆ ਸੀ, ਫਿਰ ਉਦੋਂ ਬਾਅਦ ਹੀ ਮੈਨੂੰ ਤੇ 3 ਅਵਾਰਡ ਮਿਲੇ ਨੇ ਪੰਜਾਬ ਦੇ ਜੀ। ਵੀ ਇੱਕ ਮਿਹਨਤੀ ਹੋ ਕੇ ਇੰਨਾ ਮਿਹਨਤ ਕਰ ਰਹੀ ਹੈਗੀ ਜੀ,
ਤੇ ਇੱਕ ਵੀਰੇ ਹੋਰ ਗੱਲ ਆ ਗਈ ਨਾ, ਜਦੋਂ ਮੈਂ ਮੈਨੂੰ ਪੌਦੇ ਲਾਉਣ ਦਾ ਬਹੁਤ ਸ਼ੌਂਕ ਆ, ਬਹੁਤ ਜ਼ਿਆਦਾ ਸ਼ੌਂਕ ਆ, ਤੇ ਮੇਰੇ ਸਰ ਹੁੰਦੇ ਸੀ ਵੀਰੇ ਮੱਟੂ ਸਰ, ਉਹ ਮੈਨੂੰ ਕਹਿੰਦੇ ਹੁਸਨ ਵੀ ਤੂੰ ਕਿਤੇ ਨਾ ਕਿਤੇ ਕਾਮਯਾਬ ਹੋ ਜਾਏਗੀ, ਜੇ ਤੂੰ ਇਹਨਾਂ ਨੂੰ ਪਾਣੀ ਦੇ ਰਹੀ ਆ ਨਾ ਤੈਨੂੰ ਵੀ ਕਿਤੇ ਨਾ ਕਿਤੇ ਕੋਈ ਪਾਣੀ ਦਊਗਾ, ਜ਼ਰੂਰ ਦਊਗਾ। ਪਰ ਅੱਜ ਉਹਨਾਂ ਦੀ ਗੱਲ ਮੇਰੀ ਯਾਦ ਆ, ਮੈਨੂੰ ਕੁਛ ਨਾ ਕੁਛ ਮਿਲ ਹੀ ਜਾਂਦਾ, ਵਾਹਿਗੁਰੂ ਵੱਲੋਂ ਦਵਾ ਹੋਈ ਜਾਂਦੀ ਆ ਮੇਰੀ। 6 ਮਹੀਨੇ ਮੈਂ ਕੁਸ਼ਤੀ ਕਰੀ ਆ ਗੋਲੂ ਪਹਿਲਵਾਨ ਦੇ ਖੱਡ ਦੇ ਵਿੱਚ, ਹਾਂ ਵੀਰੇ, ਤੇ 6 ਮਹੀਨੇ ਮੈਂ ਕੁਸ਼ਤੀ ਵੀ ਕਰੀ ਆ। ਟ੍ਰਾਇਲ ਤਾਂ ਵੀਰੇ ਮੇਰੀ ਕੋਈ ਖਾਸੀ ਲੌਂਗ ਜੰਪ ਵੀਰੇ ਤਾਂ ਮੇਰੀ ਹੱਦੀ ਟੱਪੀਆਂ ਪਈਆਂ ਨੇ, ਇਹ ਤਾਂ ਮੇਰੇ ਲਈ ਇੱਕ ਆਮ ਜੀ ਗੱਲ ਹੈ, ਕਿਉਂਕਿ ਇੱਕ ਇਹ ਸੀ ਨਾ ਤੁਸੀਂ ਸਪੋਰਟਸ ਨਾਲ ਜੁੜੇ ਹੋਏ। ਹਾਂ ਹਾਂ ਵੀਰੇ, ਹਾਂ ਹੁਣ ਵੀ ਜੁੜੀ ਹੋਈ ਆ ਵੀਰੇ, ਹੁਣ ਵੀ ਮੇਰਾ ਅੰਦਰੋਂ ਵੱਜਦਾ ਵੀਰੇ ਅੰਦਰੋਂ ਗੋਲੇ ਵੀ ਮੈਂ ਜਾਵਾਂ, ਇੱਕ ਕੀ ਕਰਾਂ, ਘਰ ਦੀ ਮਜਬੂਰੀ, ਘਰ ਦੀ ਮਜਬੂਰੀ, ਜੇ ਤਾਂ ਵੀਰੇ ਮੈਂ ਆਪਦਾ ਪੜ੍ਹਾਈ ਕਣੀ ਹੋ ਜਾ ਤਾਂ ਮੇਰੇ ਘਰ ਦੇ ਹਾਲਾਤ ਮਾੜੇ ਹੋ ਜਾਂਦੇ ਆ, ਜੇ ਮੈਂ ਘਰ ਦੇ ਹਾਲਾਤਾਂ ਕਣੀ ਦੇਖ ਲਾ ਤਾਂ ਮੇਰੀ ਪੜ੍ਹਾਈ ਕਮਜ਼ੋਰ ਹੋ ਜਾਂਦੀ ਆ, ਵੀ ਮੈਂ ਕਰਾਂ ਤਾਂ ਕੀ ਕਰਾਂ ਵੀਰੇ, ਮੈਨੂੰ ਕੁਛ ਆਪ ਨੂੰ ਵੀ ਖੁਦ ਮੈਨੂੰ ਪਤਾ ਲੱਗਦਾ। ਹੁਣ ਵੀ ਤੁਸੀਂ ਪਲੱਸ ਟੂ? ਹੁਣ ਮੈਂ ਪਲੱਸ ਟੂ ਦੇ ਵਿੱਚ ਵੀਰੇ ਦੁਬਾਰੇ ਫੀਸ ਦਿੱਤੀ, ਹੁਣ ਮੈਂ ਪਲੱਸ ਟੂ ਦੇ ਕੇ ਵੀਰੇ, ਹੁਣ ਕੁਛ ਵੀ ਹੋ ਜਾਏ ਪਲੱਸ ਟੂ ਕੱਢ ਕੇ ਵੀਰੇ, ਹੁਣ ਮੈਂ ਪੱਕਾ ਕਿਹਾ ਵੀ ਮੈਂ ਮਾਂ ਤੈਨੂੰ ਕੁਛ ਬਣ ਕੇ ਦਿਖਾਉਂ, ਬਣ ਕੇ ਦਿਖਾਉਂ, ਵੀ ਕੁਛ ਵੀ ਹੋ ਜਾਏ, ਲੋਕਾਂ ਦੀ ਨਹੀਂ ਪਰਵਾਹ ਕਰਦੇ ਆਪਾਂ, ਮੈਂ ਤੈਨੂੰ ਬਣ ਕੇ ਦਿਖਾਉਂ। ਲੋਕਾਂ ਦੀ ਪਰਵਾਹ ਤਾਂ ਕਰਨ ਵਾਲਾ ਆਪਾਂ ਨੇ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਨਾ, ਜੋ ਆਪਾਂ ਜਿਹੜਾ ਕੰਮ ਆਪਾਂ ਕਰਨਾ ਚਾਹੁੰਦੇ ਹਾਂ ਉਹਨੂੰ ਮਤਲਬ ਕਿ ਦੁਨੀਆਂ ਨੂੰ ਸਾਈਡ 'ਤੇ ਕਰੋ, ਆਪਣੇ ਕੰਮ ਨੂੰ ਤਰਜੀਹ ਦਿਓ, ਉਹ ਕੁਛ ਸਾਰਾ ਜੋ ਵੀ ਹੈ ਤੁਸੀਂ ਕਰ ਰਹੇ ਹੋ, ਇੱਕ ਐਨਰਜੀ, ਇੱਕ ਲੜਕੀ ਹੁੰਦੇ ਹੋਏ ਤੁਸੀਂ ਉਹ ਕੰਮ ਕਰ ਰਹੇ ਹੋ ਜੋ ਅੱਜ ਕੱਲ੍ਹ ਦੇ ਲੜਕੇ ਵੀ ਕਰਨ ਤੋਂ ਗੁਰੇਜ਼ ਕਰਦੇ ਨੇ, ਕਿਉਂਕਿ ਐਸ਼ ਪ੍ਰਸਤੀ ਦੀ ਜ਼ਿੰਦਗੀ, ਸ਼ੌਕ ਸਾਰੇ ਹਰ ਇੱਕ ਭਾਲਦਾ ਪਰ ਕੋਈ ਕੰਮ ਕਰਕੇ ਰਾਜ਼ੀ, ਇੱਥੋਂ ਤੱਕ ਹਾਲਾਤ ਨੇ। ਪਰ ਸਾਡੇ ਸਮਾਜ ਨੂੰ ਵੀ ਇੱਕ ਬਹੁਤ ਵੱਡਾ ਫਕਰ ਅਤੇ ਸਾਡੇ ਲੋਕਾਂ ਦੇ ਵਾਸਤੇ ਵੀ ਬਹੁਤ ਵੱਡਾ ਸੁਨੇਹਾ ਹੈ ਕਿ ਇੱਕ ਧੀ ਕੀ ਨਹੀਂ ਕਰ ਸਕਦੀ। ਤੁਸੀਂ ਇੱਕ ਉਹ ਮਿਸਾਲ ਕਾਇਮ ਕੀਤੀ ਹੈ ਕਿ ਜੋ ਕੰਮ ਦੂਜੇ ਕਰਨ ਤੋਂ ਕਤਰਾਉਂਦੇ ਨੇ ਤੁਸੀਂ ਆਪਣੇ ਵਾਸਤੇ, ਆਪਣੇ ਪਰਿਵਾਰ ਦੇ ਵਾਸਤੇ, ਆਪਣੀ ਮੰਦਹਾਲੀ ਨੂੰ ਮਤਲਬ ਸਾਈਡ 'ਤੇ ਕਰਨ ਵਾਸਤੇ, ਆਪਣੀ ਗਰੀਬੀ ਨੂੰ ਧੋਣ ਵਾਸਤੇ, ਅਤੇ ਪੂਰਾ ਮਤਲਬ ਕਿ ਦਿਨ ਰਾਤ ਕੀਤੀ, ਆਪਣੀ ਮਿਹਨਤ ਵੀ ਕਰ ਰਹੇ ਹੋ ਨਾਲ ਸਟੱਡੀ ਵੀ ਕਰ ਰਹੇ ਹੋ, ਔਰ ਜਦੋਂ ਤੁਹਾਡੇ 'ਤੇ ਕੋਈ ਕੁਦਰਤੀ ਆਫਤ ਆਉਂਦੀ ਹੈ ਜਿਵੇਂ ਪਹਿਲਾਂ ਭਰਾ ਦੀ ਡੈਥ, ਫਿਰ ਪਿਤਾ ਦੀ ਡੈਥ, ਕਿਉਂਕਿ ਇੱਦਾਂ ਦੇ ਦੁੱਖ ਝੱਲਣੇ ਜਿਹੜੇ ਬੰਦੇ ਨੂੰ ਬਹੁਤ ਹੀ ਪਿੱਛੇ ਲੈ ਜਾਂਦੇ ਨੇ, ਸਾਰੀ ਜ਼ਿੰਦਗੀ ਉਹ ਰੜਕਦੇ ਰਹਿੰਦੇ ਨੇ, ਪਰ ਉਹਨਾਂ ਤੋਂ ਵੀ ਤੁਸੀਂ ਨੇ ਮਤਲਬ ਕਿ ਆਪਣੇ ਆਪ ਨੂੰ ਅਪ ਕੀਤਾ, ਉਹਨਾਂ ਦੁੱਖਾਂ ਦੇ ਵਿੱਚੋਂ ਕੱਢਦੇ ਹੋਏ ਵੀ ਆਪਣੀ ਮਿਹਨਤ ਦੇ ਨਾਲ ਜੁੜੇ ਹੋਏ ਹੋ, ਅਤੇ ਔਰ ਤੁਹਾਡੀ ਇਸ ਤਰ੍ਹਾਂ ਕੋਈ ਸਪੋਰਟ ਵੀ ਕੀਤੀ ਹੈ ਕਿਸੇ ਨੇ? ਸਪੋਰਟ ਕੀਤੀ ਹੈ ਵੀਰੇ ਮੇਰੀ ਐਨਆਰਆਈਆਂ ਨੇ, ਬਹੁਤ ਵਧੀਆ ਮੇਰੇ ਭਰਾਵਾਂ ਨੇ, ਮੇਰੀਆਂ ਭੈਣਾਂ ਨੇ ਬਹੁਤ ਵਧੀਆ ਮੈਨੂੰ ਪਿਆਰ ਦਿੱਤਾ ਵੀਰੇ, ਅਤੇ ਫਿਰ ਮੈਨੂੰ ਵੀਰੇ ਭਗਵੰਤ ਮਾਨ ਨੇ ਬਹੁਤ ਵਧੀਆ, ਆਪਣੇ ਪੁੰਨੂ ਆ ਗਿਆ ਵੀਰੇ ਬਾਈ ਪੱਤਰਕਾਰ ਨੇ, ਅਤੇ ਉਹ ਵੀ ਬਹੁਤ ਵਧੀਆ ਵੀਰੇ ਮੇਰਾ ਬਹੁਤ ਵਧੀਆ ਸਾਥ ਦਿੱਤਾ ਵੀਰੇ ਉਹਨਾਂ ਨੇ ਵੀ ਮੇਰੇ ਨਾਲ, ਫਿਰ ਵੀਰੇ ਮੇਰੇ ਰਿਪੋਰਟਰ ਗੁਰਵਿੰਦਰ ਉਹਨਾਂ ਨੇ ਬਹੁਤ ਵਧੀਆ ਵੀਰੇ ਮੇਰਾ ਸਾਥ ਦਿੱਤਾ ਹੈਗਾ, ਹੋਰ ਵੀ ਵੀਰੇ ਮੇਰੇ ਭਰਾ ਬਹੁਤ ਵਧੀਆ ਨੇ, ਭਗਵੰਤ ਮਾਨ ਨੇ ਵੀਰੇ ਮੈਨੂੰ 34,000 ਰੁਪਏ ਦਿੱਤਾ ਸੀ ਹੈਲਪ, ਤੇ ਅਚਾਨਕ ਹੀ ਕੁਦਰਤੀ ਉਹਦੇ ਪਿਛਲੇ ਹਫ਼ਤੇ ਹਰਸਿਮਰਤ ਆ ਕੇ ਵੀਰੇ ਲੰਘੇ ਸੀ ਉਹ ਅੱਗੇ, ਕਾਫੀ ਦੂਰ ਲੰਘੇ ਸੀ ਵੀਰੇ, ਪਤਾ ਨੀ ਅਚਾਨਕ ਹੀ ਕੁਦਰਤੀ ਕਿਵੇਂ ਕੁਛ ਉਹ ਹੋਇਆ, ਉਹਦੇ ਉਹ ਵੀ ਆਏ ਸੀ ਵੀਰੇ 46,000 ਰੁਪਏ ਮੈਨੂੰ ਉਹਦੇ ਉਹ ਵੀ ਵੀਡੀਓ ਵਗੈਰਾ ਵਾਇਰਲ ਹੋ ਗਈ, ਕਿਉਂਕਿ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਨਾ, ਜਿੱਥੇ ਦੇਖੋ ਲੋਕ ਵਰਤਣ ਵਾਲੇ ਗਲਤ ਹੋ ਸਕਦੇ ਨੇ, ਚੀਜ਼ ਕੋਈ ਮਾੜੀ ਨਹੀਂ ਹੁੰਦੀ। ਇੱਕ ਗੋਲੀ ਬਣਾਈ ਸੀ ਏਵਲ 25 ਬਣਾਈ, ਉਹ ਜ਼ੁਕਾਮ ਦੀ ਸੀ, ਲੋਕ ਉਹਨੂੰ ਨਸ਼ੇ ਦੇ ਤੌਰ 'ਤੇ ਅਤੇ ਸੋਸ਼ਲ ਮੀਡੀਆ ਨੈਟਵਰਕ ਹੈ ਜਿਹੜਾ ਇਹ ਮਾੜਾ ਨਹੀਂ, ਮਤਲਬ ਤੁਹਾਡੀ ਉਹਦੇ 'ਤੇ ਵੀ ਇੱਕ ਵਾਇਰਲ ਵੀਡੀਓ ਹੋਈ, ਹੋ ਸਕਦਾ ਵੀ ਉਹਦਾ ਵੀ ਅਸਰ ਹੋਇਆ ਹੋਵੇ। ਹੁਣ ਵੀਰੇ ਮੈਨੂੰ ਕਹਿੰਦੇ ਵੀ ਜਿਹੜੇ ਅੱਡੇ ਦੇ ਉੱਪਰ ਸੀ ਨਾ, ਕਹਿੰਦੇ ਵੀ ਤੈਨੇ ਜੋਬ ਬਾਰੇ ਗੱਲਬਾਤ ਕਰਨੀ ਸੀ ਹਰਸਿਮਰਤ ਨਾਲ ਵੀ ਤੈਨੂੰ ਜੋਬ, ਮੈਂ ਕਿਹਾ ਕੋਈ ਨਹੀਂ, ਉਹਨਾਂ ਦੀ ਨਜ਼ਰਾਂ 'ਚ ਪੈ ਗਿਆ, ਜਿੱਦੇ ਵਾਹਿਗੁਰੂ ਦੀ ਕਿਰਪਾ ਹੋ ਗਈ ਮਿਲ ਜੂਗੀ, ਉਹ ਵੀ ਮਿਲ ਜੂਗੀ, ਕੋਈ ਨਹੀਂ, ਜਦੋਂ ਆਪਾਂ ਮਿਹਨਤ ਕਰਦੇ 10 ਸਾਲਾਂ ਦੀ ਕਮਾਈ ਕਰਦੇ ਨਾ ਸਭ ਕੁਛ ਮਿਲ ਜਾਣਾ, ਮਿਹਨਤ ਵਾਲੇ ਬੰਦਾ ਪਰਮਾਤਮਾ ਵੀ ਪੂਰਾ ਸਾਥ ਦਿੰਦਾ, ਪਰਮਾਤਮਾ ਸਾਥ ਉਹਨਾਂ ਦੀ ਦਿੰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ, ਰੱਬ ਉਹਨਾਂ ਦੀ ਮਦਦ ਕਰਦਾ, ਕਿਉਂਕਿ ਇੱਕ ਮੇਰੇ ਲਾਈਨਾਂ ਯਾਦ ਆ ਗਈਆਂ ਕਿ ਮਿਹਨਤ ਦੇ ਨਾਲ ਰਹਿਮਤ ਹੁੰਦੀ ਹੈ ਉਸ ਮਾਲਕ ਦੀ,
ਹਰ ਇੱਕ ਉੱਤੇ ਨਜ਼ਰ ਰਹੇ ਦੁਨੀਆਂ ਦੇ ਚਾਲਕ ਦੀ, ਜਿਵੇਂ ਟੁੱਕ ਦੀ ਬੁਰਕੀ ਤੋੜ ਕੇ ਮੂੰਹ ਨੂੰ ਲਾਉਣੀ ਪੈਂਦੀ ਹੈ, ਆਪਣੀ ਕਿਸਮਤ ਸੱਜਣਾ ਆਪ ਬਣਾਉਣੀ ਪੈਂਦੀ ਹੈ, ਆਪਣੀ ਮਿਹਨਤ ਨਾਲ ਕਿਸਮਤ ਬਣਦੀ ਹੈ, ਆਪਣੇ ਵਰਕ ਨਾਲ, ਕਿਉਂਕਿ ਸਾਡੇ ਗੁਰੂਆਂ ਨੇ, ਸਾਡੇ ਮੁਰਸ਼ਦਾਂ ਨੇ, ਗੱਲ ਆਪਾਂ ਬਾਬਾ ਗੁਰੂ ਰਵਿਦਾਸ ਜੀ ਮਹਾਰਾਜ ਦੀ ਲੈ ਲਈਏ, ਗੱਲ ਬਾਬਾ ਨਾਮਦੇਵ ਜੀ ਦੀ ਲੈ ਲਈਏ, ਕਬੀਰ ਜੀ, ਫਰੀਦ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਆਪਾਂ ਨੇ ਆਪਾਂ ਨੂੰ ਉਹਨਾਂ ਨੇ ਇਹੀ ਸਿਖਾਇਆ ਕਿ ਤੁਹਾਡੀ ਮਿਹਨਤ ਦੇ ਵਿੱਚ ਹੀ ਸਭ ਕੁਛ ਹੈ। ਔਰ ਤੁਹਾਡਾ ਜੋ ਪਿਛਲੇ ਦਿਨੀ ਮੇਰੇ ਖਿਆਲ ਤੁਹਾਡੇ ਕੋਲ ਆਏ ਸੀਗੇ ਵੀਰਮ ਮਟੋਰੀ ਸੇਰੋ ਵਾਲੇ, ਹਾਂ ਉਹਨਾਂ ਨੇ ਵੀ ਬਹੁਤ ਵਧੀਆ ਵੀਰੇ ਮੇਰਾ ਸਾਥ ਦਿੱਤਾ, ਉਹ ਵੀ ਵੀਰੇ ਉਹਨਾਂ ਨੇ ਹੈਲਪ ਕਰਵਾਈ ਹੈ ਮੈਨੂੰ 30,000 ਰੁਪਏ ਦੀ ਜੀ, ਤੇ ਬਹੁਤ ਵਧੀਆ ਉਹਨਾਂ ਨੇ ਮੈਨੂੰ ਬਹੁਤ ਪਿਆਰ ਦੇ ਰਹੇ ਨੇ, ਹਜੇ ਵੀ ਬਹੁਤ ਪਿਆਰ ਦੇ ਰਹੇ ਨੇ ਸਾਰੇ, ਹਾਂ ਬਾਹਰੋਂ ਵੀ ਸਪੋਰਟ ਹੋਈ ਹੈ ਵੀਰੇ ਮੈਨੂੰ ਇਹਨਾਂ ਰਾਈਆਂ ਵੀਰਾਂ ਵੱਲੋਂ ਬਹੁਤ ਵਧੀਆ। ਚਲੋ ਬਹੁਤ ਵਧੀਆ ਗੱਲ ਹੈ ਜੀ, ਕਿਉਂਕਿ ਜਦੋਂ ਉਹੀ ਗੱਲ ਫਿਰ ਆ ਜਾਂਦੀ ਵੀ ਆਪਾਂ ਕਿਸੇ ਚੀਜ਼ ਨੂੰ ਅੱਪ ਕਰਾਂਗੇ, ਕਿਉਂਕਿ ਸੋਸ਼ਲ ਮੀਡੀਆ ਨੇ ਉਹ ਲੋਕ ਅੱਗੇ ਲੈ ਆਉਂਦੇ ਨੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ। ਹੁਣ ਵੀਰੇ ਜਦੋਂ ਮੇਰਾ BSF ਦਾ ਕੈਂਪ ਸੀ ਨਾ, ਉੱਥੇ ਮੈਂ 45 ਦਿਨ ਲਾ ਕੇ ਸੀ, ਉੱਥੇ ਕਿਤੇ ਅਚਾਨਕੀ ਵੀਰੇ ਮੈਂ ਆਉਣਾ ਸੀ ਅਤੇ ਮੇਰੇ ਸੱਟ ਲੱਗੀ ਸੀ, ਉਦੋਂ ਮੇਰੀ ਸਾਰੀ ਆਹ ਚੀਜ਼ ਨੂੰ ਲੈ ਕੇ ਨਾ, ਰੀੜ੍ਹ ਦੀ ਹੱਡੀ ਲੈ ਕੇ ਸਾਰੀ ਆਹ ਪਿੱਛੋਂ ਮੇਰੇ ਦਰਦ ਕਰਦੀ ਹੈਗੀ, ਹੁਣ ਮੇਰਾ ਥੋੜ੍ਹਾ ਜਿਹਾ ਨਾ ਮੇਰੇ ਬਾਹਾਂ ਵੀ ਕਿਤੇ ਕਿਤੇ ਕੰਮ ਕਰਨ ਨੂੰ ਅੜ ਜਾਂਦੇ ਨੇ ਭੀੜਨ ਵਾਸਤੇ, ਕਿਉਂਕਿ ਬਾਕੀ ਇੱਕ ਘਰੇ ਖੁਰਾਕ ਨਹੀਂ, ਕਿਉਂਕਿ ਕਿੱਥੇ ਤਾਂ ਮੈਂ ਜਦੋਂ ਗਰਾਊਂਡ 'ਚ ਵੜ ਜਾਂਦੀ ਵੀਰੇ ਕੁੜੀਆਂ ਨੂੰ ਵੀ ਮਾਗਰ ਮੂਹਰੇ ਆ, ਪਤਾ ਹੀ ਲੱਗਦਾ ਸੀ ਵੀ ਕਿੱਧਰ ਕੀ ਹੋ ਰਿਹਾ, ਕੀ ਬਣ ਰਿਹਾ, ਸਕਿੰਟਾਂ ਹਿਸਾਬ ਨਾਲ ਫੜਨਾ ਸੀ, ਸਕਿੰਟਾਂ ਹਿਸਾਬ ਨਾਲ ਗੇਮ ਕਰਨੀ ਸੀ, ਹੁਣ ਵੀਰੇ ਆਪਦੀ ਕਮਜ਼ੋਰੀ ਕਰਕੇ ਮੈਨੂੰ ਕੁਛ ਨਹੀਂ ਪਤਾ ਲੱਗਦਾ, ਜੇ ਤਾਂ ਵੀਰੇ ਹੁਣ ਘਰ ਦੇ ਲੱਤਾਂ ਨਹੀਂ ਦੇਖਦੇ ਹਾਂ ਤਾਂ ਜਮੀ ਖਤਮ ਹੁੰਦੀ ਹਾਂ, ਜੇ ਵੀਰੇ ਹੁਣ ਮੈਂ ਪੜ੍ਹਾਈ ਕਰਨੀ ਚਾਹੁੰਦੀ ਹਾਂ ਫਿਰ ਜਮੀ ਫਿਰ ਵੀ। ਦੇਖੋ ਵੀਰੇ ਤੁਸੀਂ ਜੋ ਵੀ ਕਹਿ ਰਹੇ ਹੋ, ਪਰ ਸਾਡੀਆਂ ਨਜ਼ਰਾਂ ਦੇ ਵਿੱਚ, ਸਮਾਜ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਅੱਜ ਇੱਕ ਸਟਾਰ ਹੋ, ਠੀਕ ਹੈ ਵੀਰੇ, ਕਿਉਂਕਿ ਆਪਣੀ ਮਿਹਨਤ ਕਰਕੇ ਖਾਣ ਵਾਲਾ ਬੰਦਾ ਕਦੇ ਭੁੱਖਾ ਨਹੀਂ ਹੁੰਦਾ, ਸਬਰ ਉਹਦੇ ਪੱਲੇ ਹੁੰਦਾ, ਸ਼ੁਕਰ ਉਹ ਵਾਹਿਗੁਰੂ ਦਾ ਕਰਦਾ, ਅਤੇ ਉਹਦਾ ਕੰਮ ਹੈ ਜਿਹੜਾ ਆਪਣੀ ਕਿਰਤ ਤੱਕ ਧਿਆਨ ਰਹਿੰਦਾ। ਹੁਣ ਵੀਰੇ ਉਦੇ ਜਿਹਦੇ ਲੈਵ ਹੋਏ ਸੀ ਨਾ, ਜੱਗੀ ਵੀਰੇ ਨੇ ਬੋਲਿਆ ਸੀ, ਕਿਹਾ ਵੀ ਕੁੜੀਆਂ ਜਿਹੜੀਆਂ ਸਟੇਟ ਕਰਾਉਂਦੀਆਂ ਨੇ 25,000 30,000 ਰੁਪਇਆ ਵਾਲਾਂ 'ਤੇ ਲਾਉਂਦੀਆਂ ਨੇ, ਆਹ ਪਲਾਜੋ ਸਮਾਉਂਦੀਆਂ ਨੇ, ਜਿੰਨਾ ਕੋਈ ਦੇਖਦੀ ਨਹੀਂ, ਮਾਂ ਪਿਓ ਦੀ ਕੋਈ ਕਦਰ ਹੀ ਨਹੀਂ ਹੈਗੀ, ਅੱਡਿਆਂ 'ਤੇ ਉਰਾ ਪਾਟੀਆਂ ਹੋਣਗੀਆਂ, ਪੈਂਟਾਂ ਕਿਤੇ ਗੋਡਿਆਂ ਲਵਾਓ, ਚਲੋ ਆਪਾਂ ਕਹਿਣਾ ਵੀ ਉਹਨਾਂ ਦੇ ਮਾਂ ਪਿਓ ਐਸ ਕਰਦੇ ਨੇ, ਉਹਦੇ ਮਾਂ ਪਿਓ ਸਿਰ 'ਤੇ ਐਸ ਕਰਦੇ ਨੇ, ਵੀ ਆਪਾਂ ਕਹਿਣਾ ਵੀ ਕਿਸੇ ਗਰੀਬ ਗੁਰਬੇ ਦੇ ਨਾ ਮਦਦ ਕੀਤੀ ਜਾਵੇ, ਕਿਸੇ ਨੂੰ ਰਾਸ਼ਨ ਪਾਣੀ ਦੀ ਲੋੜ ਆ ਉਹਨੂੰ ਰਾਸ਼ਨ ਪਾਣੀ ਦਿੱਤਾ ਜਾਵੇ ਵਿੱਚੋਂ, ਬਿਲਕੁਲ ਥੋੜਾ ਮੋਟਾ ਕਿਸੇ ਦੀ ਹੈਲਪ ਹੋ ਜੇ, ਅਗਲਾ 100 ਸੀਸਾਂ ਦਵੇ, ਬਿਲਕੁਲ ਵੀਰੇ, ਪੱਥਰਾਂ ਤੇ ਪਾਣੀ ਦੁੱਧ ਪਾਉਣ ਦੀ ਜਗ੍ਹਾ ਤੇ ਕਿਸੇ ਭੁੱਖੇ ਦੇ ਮੂੰਹ ਦੇ ਵਿੱਚ, ਜਿਵੇਂ ਹੁਣ ਆਪਾਂ ਆਰਕੈਸਟਰਾ ਦੇ ਉੱਪਰ ਵਿਆਹ ਸਾਦੀ ਜਾਂਦੇ ਆ, ਪੈਸਾ ਡੇਗਦੇ ਆ, ਬੇਹੱਦ ਪੈਸਾ ਡੇਗਦੇ ਆ, ਫਾਈਲਾਂ ਕਰਦੇ ਆ, ਉਹ ਵੀ ਕਿਸੇ ਦੀ ਧੀਆਂ ਨੇ ਵੀਰੇ, ਤੇ ਮਾੜਾ ਮੋਟਾ ਵੀਰੇ ਸੋਚਣਾ ਚਾਹੀਦਾ ਆਪਣੇ ਸਮਾਜ, ਬਹੁਤ ਇਹ ਸੋਹਣੀ ਚਿੜੀ ਤਾਂ ਵੀਰੇ ਪਹਿਲਾਂ ਕਹਿੰਦੇ ਸੋਹਣੀ ਚਿੜੀ ਆ, ਹੁਣ ਤਾਂ ਸੋਹਣੀ ਚਿੜੀ ਰਹੀ ਨੀ, ਇਹ ਤਾਂ ਜੰਮੀ ਬਰਬਾਦ ਹੀ ਹੋ ਗਈ ਵੀਰੇ। ਚਲੋ ਸਾਡੇ ਇਹ ਨਾ ਵੀਰੇ, ਅਸਲ 'ਚ ਇਹਦੇ ਵਿੱਚ ਦੋਸ਼ੀ ਸਮਾਜ ਵੀ ਹੈ, ਸਾਡਾ ਵੀ ਦੋਸ਼ ਹੈ, ਅਸੀਂ ਸਾਡਾ ਫਰਜ਼ ਕੀ ਹੈ ਅਤੇ ਅਸੀਂ ਕਰ ਕੀ ਰਹੇ ਹਾਂ, ਸਾਡੇ ਬੱਚਿਆਂ ਨੂੰ ਅਸੀਂ ਕੀ ਸਿਖਾ ਰਹੇ ਹਾਂ, ਸਾਡੇ ਬੱਚਿਆਂ ਨੂੰ ਸਾਨੂੰ ਦੱਸਣਾ ਫਰਜ਼ ਬਣਦਾ ਕਿ ਅਸੀਂ ਬੰਦਾ ਸਿੰਘ ਬਹਾਦਰ ਬਾਰੇ ਦੱਸੀਏ, ਜੱਸਾ ਸਿੰਘ ਰਾਮਗੜੀਏ ਉਹ ਕੌਣ ਹੋਏ ਸੀ, ਮਹਾਰਾਜਾ ਰਣਜੀਤ ਸਿੰਘ ਕੌਣ ਸੀ, ਸਾਡੇ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣੇਗੇ ਉਹ ਕਿਉਂ ਚਿਣੇਗੇ, ਇਹ ਸਾਡੇ ਸਭ ਦੀ ਜ਼ਿੰਮੇਵਾਰੀ ਬਣਦੀ ਹੈ, ਮੈਂ ਕਿਸੇ ਸੰਤ ਸਮਾਜ ਜਾਂ ਇਕੱਲੇ ਉਹਨਾਂ ਨੂੰ ਨਹੀਂ ਕਹਿ ਰਿਹਾ, ਹਰ ਇੱਕ ਦੀ ਹੀ ਡਿਊਟੀ ਹੈ ਕਿ ਸਾਡੇ ਬੱਚਿਆਂ ਨੂੰ ਅਸੀਂ ਸਾਡੇ ਸੱਭਿਆਚਾਰ ਨਾਲ ਸਾਡੇ। ਹੁਣ ਵੀਰੇ ਮੈਂ ਖੁਦ ਦੇਖਦੀ ਹਾਂ ਆਪ ਅੱਡੇ ਦੇ ਉੱਪਰ, ਮੈਂ ਵੀ ਤਾਂ ਕਿਸੇ ਦੀ ਧੀ ਹਾਂ ਵੀਰੇ, ਸਵੇਰੀ ਜਾਂਦੀ ਹਾਂ ਸ਼ਾਮੀ ਆਉਣੀ ਹਾਂ, ਮੇਰੀ ਮਾਂ ਸੋਚ ਕਰਦੀ ਹੈ ਵੀ ਮੇਰੀ ਧੀ ਆਈ ਨਹੀਂ, ਕਿਉਂਕਿ ਉਹਨੂੰ ਪਤਾ ਉਹ ਸੋਚ ਦੂਜੇ ਲੋਟ ਨਹੀਂ ਮੇਰੀ ਕਰਦੀ ਵੀ ਮੇਰੀ ਧੀ ਇਸ ਤਰ੍ਹਾਂ ਨਹੀਂ ਹੈਗੀ, ਮੇਰੀ ਧੀ ਉਹਨੂੰ ਇਸ ਤਰ੍ਹਾਂ ਸੋਚ ਹੁੰਦੀ ਹੈਗੀ ਵੀ ਸ਼ਰਾਬੀ ਖਰਾਬੀ ਸੜਕ ਦੇ ਉੱਤੇ ਜਾਂਦੇ ਆ, ਕਈ ਵਾਰ ਕੋਈ ਲਾਜੇ ਨਾਲ ਕਿਤੇ ਮੇਰੀ ਧੀ ਹੋ ਰਹੀ, ਉੱਥੇ ਲੱਤਾਂ ਬਾਹਰ ਟੁੱਟ ਜਾਣ, ਕਿਸੇ ਨੇ ਦੇਖਣਾ ਵੀ ਨਹੀਂ, ਕੋਈ ਮਾਂ ਮੂਹਰੇ ਤੁਰਨਾ ਨਹੀਂ, ਜਦੋਂ ਵੀਰੇ ਕਿਸੇ ਦੀ ਧੀ ਮੈਂ ਖੁਦ ਦੇਖਦੀ ਹਾਂ, ਆਪ ਨੋਟ ਕਰਦੀ ਹਾਂ, ਧੀਆਂ ਨੂੰ ਵੀਰੇ ਖੁਦ ਮਾਂ ਪਿਓ ਛੱਡਣ ਆਉਂਦੇ ਆ, ਕੋਈ ਦਾ ਭਾਈ ਲਾਉਣ ਆਉਂਦਾ, ਕਿਸੇ ਦਾ ਪਿਓ ਲਾਉਣ ਆਉਂਦਾ,
ਕਿਉਂਕਿ ਅੱਜ ਕੱਲ ਵੀਰੇ ਸਾਰਿਆਂ ਨੇ ਨਾ ਧੀ ਪੁੱਤ ਨੇ ਵਿਸ਼ਵਾਸ ਤੋੜ ਕੇ ਮਾਂ ਪਿਓ ਦਾ ਤੋੜ ਰੱਖਿਆ ਜੀ ਬਿਲਕੁਲ ਇਹ ਵੀਰੇ ਮਾਂ ਪਿਓ ਦਾ ਵਿਸ਼ਵਾਸ ਬਣਾਉਣ ਵਾਸਤੇ ਨਾ ਜੇ ਧੀਆਂ ਥੋੜੀਆਂ ਸੁਧਰੀਆਂ ਨੇ ਜਾਂ ਪੁੱਤ ਸੁਧਰ ਜਾਣਾ ਬਹੁਤ ਆਪਣਾ ਥੋੜਾ ਫਰਕ ਪੈ ਜੂਗਾ ਫਰਕ ਪਊਗਾ ਜੀ ਬਿਲਕੁਲ ਕਿਉਂਕਿ ਇਹ ਹੈ ਨਾ ਜੀ ਜਿਵੇਂ ਕਹਿੰਦੇ ਨੇ ਪੰਜੇ ਉਂਗਲਾਂ ਇਕਸਾਰ ਹੁੰਦੀਆਂ ਵਿੱਚ ਚੰਗੀਆਂ ਕੁੜੀਆਂ ਨੇ ਤੁਹਾਡੇ ਵਾਂਗੂ ਮਿਹਨਤ ਉਹ ਸਾਡੀ ਵੀ ਆਪਣੇ ਮਾਂ ਬਾਪ ਦੀ ਮਤਲਬ ਕਿ ਕਦਰ ਕਦਰ ਵੀ ਸਮਾਜ ਦੇ ਵਿੱਚ ਕਿਵੇਂ ਰਹਿਣਾ ਕਿਉਂਕਿ ਆਪਾਂ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਕਹਿ ਸਕਦੇ ਬਹੁਤ ਤਰ੍ਹਾਂ ਦੇ ਲੋਕ ਨੇ ਕਿ ਉਹ ਵੀ ਨੇ ਜਿਵੇਂ ਹੁਣ ਤੁਹਾਡਾ ਐਡੀ ਹਿੰਮਤ ਹੈ ਕਿ ਤੁਸੀਂ ਆਪਣੇ ਕਿੱਤੇ ਦੇ ਨਾਲ ਜੁੜੇ ਹੋਏ ਹੋ ਹੋਰਨਾਂ ਵਾਸਤੇ ਵੀ ਇੱਕ ਸਿੱਖਣਾ ਵਾਸਤੇ ਪ੍ਰੇਰਨਾ ਸਰੋਤ ਹੁੰਦਾ ਬੰਦਾ ਕੋਈ ਬੰਦਾ ਕੁਛ ਆਪਣੇ ਵਾਸਤੇ ਕਰਦਾ ਜਿੱਥੇ ਉੱਥੇ ਉਹ ਲੋਕ ਵੀ ਹੋਰ ਬੱਚੇ ਵੀ ਉਹਨੂੰ ਦੇਖ ਕੇ ਸਿੱਖਦੇ ਨੇ ਕੋਈ ਕਬੱਡੀ ਖੇਡਦਾ ਪਿੰਡ ਦੇ ਵਿੱਚ ਤਾਂ ਉਹਨੂੰ ਦੇਖ ਕੇ ਹੋਰ ਨੂੰ ਵੀ ਰੀਸ ਲੱਗਦੀ ਹੈ ਕੋਈ ਭਲਵਾਨੀ ਕਰਦਾ ਤਾਂ ਉਹਨਾਂ ਨੂੰ ਵੀ ਰੀਸ ਲੱਗਦੀ ਹੈ ਸੋ ਸਾਨੂੰ ਵੀ ਇਸ ਚੀਜ਼ ਦਾ ਅਤੇ ਸਾਡੇ ਸਮਾਜ ਨੂੰ ਵੀ ਇਸ ਚੀਜ਼ ਦਾ ਫਖਰ ਹੈ ਕਿ ਸਾਡੇ ਸਮਾਜ ਦੇ ਵਿੱਚ ਤੁਹਾਡੇ ਵਰਗੀਆਂ ਧੀਆਂ ਵੀ ਨੇ ਜੋ ਆਪਣੇ ਘਰ ਦੇ ਹਾਲਾਤਾਂ ਦੇ ਵਿੱਚੋਂ ਦੁੱਖਾਂ ਸੁੱਖਾਂ ਦੇ ਵਿੱਚੋਂ ਲੰਘਦੀਆਂ ਹੋਈਆਂ ਵੀ ਆਪਣੇ ਬਾਪ ਦੀ ਆਪਣੇ ਮਾਤਾ ਦੀ ਪੱਗ ਦਾ ਖਿਆਲ ਵੀ ਰੱਖਣਾ ਅਤੇ ਉਹਨਾਂ ਦਾ ਪਾਲਣ ਪੋਸ਼ਣ ਵੀ ਪੁੱਤਾਂ ਨਾਲੋਂ ਵੱਧ ਕਰਨਾ ਕਿ ਤੁਸੀਂ ਜਿੱਥੇ ਅੱਜ ਸਮਾਜ ਦੇ ਵਿੱਚ ਬਹੁਤ ਵੱਡੀਆਂ ਕੁਰੀਤੀਆਂ ਨੇ ਧੀ ਨੂੰ ਹਰ ਪੱਖ ਤੋਂ ਹੀ ਮਤਲਬ ਕਿ ਨੀਵਾਂ ਦਿਖਾਇਆ ਗਿਆ ਪਰ ਬਾਬੇ ਨਾਨਕ ਨੇ ਸਭ ਤੋਂ ਉੱਚਾ ਰੁਤਬਾ ਦਿੱਤਾ ਸੋ ਇੱਕ ਬੰਦਾ ਆਖੀ ਹੈ ਜਿੱਤ ਜੰਮੇ ਰਾਜਾਨ ਸੋ ਤੁਸੀਂ ਇੱਕ ਬਹੁਤ ਵਧੀਆ ਕੰਮ ਜਿਹੜਾ ਕਰ ਰਹੇ ਹੋ ਜਿੱਥੇ ਆਪਣੇ ਵਾਸਤੇ ਕਰ ਰਹੇ ਹੋ ਆਪਣੇ ਪਰਿਵਾਰ ਵਾਸਤੇ ਕਰ ਰਹੇ ਹੋ ਉੱਥੇ ਹੋਰ ਲੋਕਾਂ ਦੇ ਵਾਸਤੇ ਹੋਰ ਬੱਚੀਆਂ ਨੂੰ ਵੀ ਇੱਕ ਇਹ ਇੱਕ ਸੁਨੇਹਾ ਜਾਂਦਾ ਕਿ ਕੁੜੀ ਤਾਂ ਉਹ ਵੀ ਹੈ ਲੋਕ ਫਿਰ ਕਹਿੰਦੇ ਹੁੰਦੇ ਨੇ ਜਿਵੇਂ ਕੋਈ ਖਿਡਾਰੀ ਹੋਵੇ ਅਗਲਾ ਕਹਿੰਦਾ ਵੀਰੇ ਮੈਨੂੰ ਖੁਦ ਕਹਿੰਦੇ ਆ ਸਾਡੀ ਕਹਿੰਦੇ ਧੀ ਨਾ ਜੇ ਅਸੀਂ ਘਰੇ ਵਗ ਜਾਈਏ ਕਈ ਵਾਰ ਰਿਸ਼ਤੇਦਾਰ ਚੋਂ ਆਏ ਆ ਸਾਡੀ ਖੁਦ ਧੀ ਇੱਕ ਗਲਾਸ ਚੱਕ ਕੇ ਪਾਣੀ ਦਾ ਨਹੀਂ ਫੜਾਉਂਦੀ ਤੂਰੇ ਕਿੰਨਿਆਂ ਦੇ ਮੂੰਹ ਚ ਸੌਆਂ ਦੇ ਮੂੰਹ ਚ ਜੇ ਤੂੰ 100 ਗਲਾਸ ਵੇਚਦੀ ਹੈ ਨਾ ਸੌਆਂ ਦੇ ਮੂੰਹ ਚ ਤੂੰ ਪਾਣੀ ਦਾ ਗਲਾਸ ਪਾਉਣੀ ਹੈ ਤਨ ਜਿਗਰਾ ਤੇਰਾ ਅੱਜ ਵੀਰੇ ਮੈਂ ਨਾ ਪਿੱਖੀ ਵਗੀ ਨਿੰਬੂ ਲੈਣ ਨਿੰਬੂ ਤੇ ਪਤੀਨੇ ਲੈਣ ਮੈਨੂੰ ਉਹ ਬੰਦਾ ਜਦੋਂ ਮੈਨੂੰ ਮਿਲਿਆ ਨਾ ਮੈਨੂੰ ਉਹਨੇ ਬੁੜ ਮਾਰ ਲਿਆ ਕਹਿੰਦਾ ਗੁੱਡੀ ਉਰਿਆ ਮੈਂ ਆਖਿਆ ਜੀ ਮੈਂ ਉਹਨਾਂ ਕੋਲ ਵਗੀ ਮੈਨੂੰ ਸਿਰ ਤੇ ਹੱਥ ਰੱਖਤਾ ਕਹਿੰਦਾ ਭਾਈ ਰੱਬ ਤੈਨੂੰ ਲੰਬੀ ਉਮਰ ਦੇਵੇ ਮੈਂ ਕਿਹਾ ਕੀ ਗੱਲ ਹੋ ਗਈ ਅੰਕਲ ਕਹਿੰਦਾ ਮੇਰਾ ਪੁੱਤ ਨਾ ਨੌਜਵਾਨ ਆ ਰੇੜੀ ਤੇ ਖੜਿਆ ਕਹਿੰਦਾ ਇਹ ਤੂੰ ਰੇੜੀ ਨਹੀਂ ਚੱਲਦੀ ਕਹਿੰਦਾ ਮੇਰਾ ਪੁੱਤ ਝਿੰਗਣਾ ਮਰਦਾ ਤਨ ਜਿਗਰਾ ਤੇਰਾ ਕਹਿੰਦਾ ਤੈਨੂੰ 4 ਸਾਲ ਹੋ ਗਏ ਤੂੰ ਰੇੜੀ ਕਿਵੇਂ ਚਲਾ ਰਹੀ ਹੈ ਕਿਵੇਂ ਚਲਾ ਰਹੀ ਕਹਿੰਦਾ ਕਿਸੇ ਨੇ ਤੈਨੂੰ ਪੁੱਛਿਆ ਤਾਂ ਨਹੀਂ ਵੀ ਤੈਨੂੰ ਕੀ ਦੁੱਖ ਆ ਕੀ ਬਿਮਾਰੀ ਆ ਕੀ ਤਵਾਰੀ ਆ ਤੈਨੂੰ ਕੀ ਦੁੱਖਦਾ ਕੀ ਕਰਦਾ ਹੱਥ ਨੇ ਵੀਰੇ ਜਦੋਂ ਮੈਂ ਦੁਕਾਨ ਤੋਂ ਆਉਣੀ ਆ ਟੁੱਟੀ ਹਾਰੀ ਮੈਨੂੰ ਪਤਾ ਵੀਰੇ ਮੈਂ ਘੰਟਾ ਘੰਟਾ ਆਪਦੀ ਗਰਦਨ ਦੇ ਉੱਪਰ ਤਾਂ ਤੇਲ ਮਲਵਾਉਣੀ ਆ ਸਾਰੀ ਵੀਰੇ ਮੇਰੀ ਕਮਜ਼ੋਰੀ ਕਰਕੇ ਨਾ ਇੰਨੀ ਪ੍ਰੋਬਲਮ ਆਉਂਦੀ ਹੈ ਨਾ ਮੇਰਾ ਕਈ ਵਾਰ ਤਾਂ ਮੈਨੂੰ ਐਂ ਹੋ ਜਾਂਦਾ ਵੀ ਅੱਜ ਤਾਂ ਮੇਰੀ ਜਾਨ ਨਿਕਲੂਗੀ ਕਿਉਂਕਿ ਕੁਛ ਟੈਨਸ਼ਨਾਂ ਹੁੰਦੀਆਂ ਨੇ ਟੈਨਸ਼ਨਾਂ ਵੀਰੇ ਕੁਛ ਕੰਮ ਦਾ ਹੁੰਦਾ ਪਰ ਫਿਰ ਵੀ ਤੁਸੀਂ ਨਾ ਜਿਵੇਂ ਕਹਿੰਦੇ ਨੇ ਉੱਗਣ ਵਾਲੇ ਤਾਂ ਨਾ ਪੱਥਰਾਂ ਨੂੰ ਪਾੜ ਕੇ ਵੀ ਉੱਗ ਪੈਂਦੇ ਹਾਂ ਵੀਰੇ ਹਾਂ ਪਰ ਹਿੰਮਤ ਜਿਹੜੀ ਆ ਤੁਸੀਂ ਉਹ ਆਪਣੀ ਬਰਕਰਾਰ ਰੱਖੀ ਹੈ ਤੇ ਅੱਜ ਵੀ ਤੁਸੀਂ ਆਪਣੇ ਇਰਾਦੇ ਤੁਹਾਡੇ ਦ੍ਰਿੜ ਨੇ ਵੀ ਕੁਛ ਕਰਕੇ ਵਿਖਾਉਣਾ ਹੈ ਆਪਣੀ ਮਿਹਨਤ ਦੇ ਸਿਰ ਤੇ ਬਸ਼ਰਤੇ ਕਿਸੇ ਦੇ ਅੱਗੇ ਹੱਥ ਅੱਡਣ ਦੀ ਬਜਾਏ ਸੋ ਤੁਸੀਂ ਅੱਜ ਕੱਲ੍ਹ ਜਿਵੇਂ ਸਮਾਜ ਦੇ ਵਿੱਚ ਚੱਲ ਰਿਹਾ ਸਾਡੇ ਸਮਾਜ ਨੂੰ ਸਾਡੀਆਂ ਬੱਚੀਆਂ ਨੂੰ ਅਤੇ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਰਾਹੀਂ ਤਾਂ ਜ਼ਰੂਰ ਬਸ ਮੇਰਾ ਤਾਂ ਵੀਰੇ ਇਹੀ ਸੁਨੇਹਾ ਵੀ ਪਲਾਜ਼ੋ ਪਾਉਣੇ ਸੌਖੇ ਨੇ ਗੰਨੇ ਪੀੜਨੇ ਔਖੇ ਨੇ ਬਹੁਤ ਔਖੇ ਨੇ ਮਿਹਨਤ ਕਰਨੀ ਔਖੀ ਬਹੁਤ ਜ਼ਿਆਦਾ ਔਖੀ ਹੈ ਵੀਰੇ ਮਿਹਨਤ ਕਰਨੀ ਪਰ ਮੈਨੂੰ ਨਹੀਂ ਔਖੀ ਲੱਗਦੀ ਵੀਰੇ ਮੈਨੂੰ ਬਿਲਕੁਲ ਨਹੀਂ ਔਖੀ ਲੱਗਦੀ ਜਿੰਨਾ ਚਿਕਰ ਵੀਰੇ ਮੈਂ ਆਪ ਖੁਦ ਆਪਦੀ ਸਿਰ ਤੇ ਹੁਣ ਆਪਦੇ ਪੈਰਾਂ ਸਿਰ ਖੜੀ ਪੂਰੀ ਨਹੀਂ ਹੁੰਦੀ ਮੈਨੂੰ ਹਰਸਿਮਰਤ ਨੇ ਇੱਕ ਗੱਲ ਪੁੱਛੀ ਸੀ ਵੀ ਤੂੰ ਕੀ ਬਣਨਾ ਚਾਹੁੰਦੀ ਆ ਮੈਂ ਉਹਨੂੰ ਇੱਕ ਗੱਲ ਕਹੀ ਸੀ ਜੀ ਮੈਂ ਜੋਬ ਬਾਰੇ ਨਹੀਂ ਮੰਗਿਆ ਚਲੋ ਧੰਨਵਾਦ ਉਹਨਾਂ ਨੇ ਮੈਨੂੰ ਪੈਸੇ ਕਰਿਆ ਪਾਰਟੀ ਤੋਂ ਆਪਾਂ ਬਣਿਆ ਭਗਵੰਤ ਮਾਨ ਤੋਂ ਵੀ ਯਾਰ ਤੋਂ ਵੀ ਆਪਾਂ ਗੱਲ ਕਰਦੇ ਹਾਂ ਇੱਕ ਵੀ ਉਹ ਮੈਨੂੰ ਮਿਲਣਾ ਹੈ ਬਹੁਤ ਵਧੀਆ ਉਹਨਾਂ ਨੇ ਕਰਿਆ ਮੇਰੇ ਲਈ ਇੱਕ ਪਰਮਾਤਮਾ ਵੀ ਬਣ ਕੇ ਆਇਆ ਵੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੇ ਕੀ ਮੈਂ ਆਖਿਆ ਜੀ ਮੈਂ ਇੱਕ ਨਾ ਇੱਕ ਦਿਨ ਸਟਾਰ ਹੀ ਸਟਾਰ ਚਮਕਾਉਣੇ ਆਪਦੇ ਮੋਢਿਆਂ ਤੇ
ਜਿਹੜੇ ਮੈਨੂੰ ਅੱਜ ਆ ਨਾ ਛੋਟੇ ਮੋਟੇ ਬੰਦੇ ਮੇਰੇ ਨਾਲ ਗੱਲਾਂ ਕਰਦੇ ਆ, ਕਹਿੰਦੇ ਨੇ ਮੈਨੂੰ ਇਹ ਵੀ ਮਿਹਣੇ ਦਿੰਦੇ ਆ, ਇਹਨਾਂ ਨੂੰ ਕੁਛ ਨਾ ਕੁਛ ਬਣ ਕੇ ਦਿਖਾਉਣਾ। ਬਿਲਕੁਲ, ਉਹ ਤੁਹਾਡੀ ਮਿਹਨਤ ਆ, ਮਿਹਨਤ ਤੇ ਉਹਨਾਂ ਗੱਲਾਂ ਦਾ ਜਵਾਬ ਆ ਜਿਹੜਾ ਉਸ ਵਕਤ ਨੇ ਦੇਣਾ। ਹਾਂਜੀ ਹਾਂ, ਉਸ ਸਮੇਂ ਨੇ ਦੇਣਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੇ ਸਾਡੇ ਵੱਲੋਂ ਵੀ ਇਹ ਦੁਆ ਅਰਦਾਸ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਕਿ ਜਿੱਥੇ ਤੁਹਾਡੀ ਵੀ ਲੰਬੀ ਉਮਰ ਹੋਵੇ ਤੇ ਤੁਹਾਡੇ ਤੋਂ ਵੀ ਹੋਰ ਬੱਚੀਆਂ ਵੀ ਸਿੱਖਣ, ਤੁਹਾਡੇ ਵਰਗੀਆਂ ਮਿਹਨਤੀ ਧੀਆਂ ਨੇ ਜਿਹੜੀਆਂ ਉਹ ਹਰ ਘਰ ਦੇ ਵਿੱਚ ਜਨਮ ਲੈਣ, ਤਾਂ ਕਿ ਜੋ ਅੱਜ ਧੀਆਂ ਦੇ ਮੱਥੇ ਤੇ ਕੁਝ ਮਾੜੀਆਂ ਵੀ ਹੁੰਦੀਆਂ ਨੇ, ਉਹਨਾਂ ਨੇ ਜੋ ਇੱਕ ਕਲੰਕ ਲਾਇਆ ਹੋਇਆ ਨਾ ਉਹਨੂੰ ਧੋਇਆ ਜਾ ਸਕੇ। ਸੋ ਸਾਡੇ ਸਮਾਜ ਇੱਕ ਵਧੀਆ ਸਮਾਜ ਸਾਨੂੰ ਮਿਲ ਸਕੇ। ਸੋ ਸਾਡੇ ਸਮਾਜ ਦੇ ਵਿੱਚ ਇਹਨਾਂ ਦੀਆਂ ਇੱਦਾਂ ਦੀਆਂ ਬੱਚੀਆਂ, ਇੱਦਾਂ ਦੇ ਸਾਡੇ ਨੌਜਵਾਨ ਬੱਚੇ ਪੈਦਾ ਹੋਣ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ।